शिवसेना आजाद के राष्ट्रीय प्रमुख सुनील चौधरी की अध्यक्षता में शिवसेना आजाद के संस्थापक स्वर्गीय श्री रमन पहलवान जी की चौथी बरसी पर जो हिंदू धर्म के लिए शहीद हुए, उनको शिवसेना आजाद की टीम और अमृतसर के समस्त हिंदू नेताओं ने मिलकर श्रद्धांजलि दी। शिवसेना आजाद के राष्ट्रीय कार्यकारिणी अध्यक्ष श्री सूरज प्रकाश, राष्ट्रीय महासचिव वरुण जीत, पंजाब चेयरमैन गणेश कुमार हैप्पी, पंजाब प्रधान रमन भल्ला, पंजाब महासचिव बलदेव सिंह सोनू, पंजाब महासचिव मोनू वर्मा, ऑटो यूनियन प्रधान सतपाल सत्ता, शहरी महासचिव करणजीत आदि कई लोग मौजूद थे। खबर आज तक से कुलदीप शरीर चाहे नहीं मिलते मेरे देश की सरकार मथा लाने की गल करते ने। मैं स्टेज राही दसना चाहना कि पंजाब का हिंदू काम हिंदू धर्म ने किया, उन्हां दा बलिदान व्यर्थ नहीं जाएगा। मैं इस मंच तो कुछ ना कुछ दिता, साडे समाज ने पहला दिता, शहादतां दित्तियां जो 84 दा दौर सी ਉਹ ਟਾਈਮ ਤੇ ਵੀ ਖੜੇ ਰਹੇ, ਅੱਜ ਉਹਨਾਂ ਦੀਆਂ ਤਸਵੀਰਾਂ ਵੀ ਇੱਥੇ ਲੱਗੀਆਂ। ਸਾਨੂੰ ਹਮੇਸ਼ਾ ਉਹਨਾਂ ਨੂੰ ਯਾਦ ਕਰਨਾ ਚਾਹੀਦਾ, ਉਹਦਾ ਇੱਕ ਰੀਜ਼ਨ ਹੈ ਕਿ ਜਿਹੜੀਆਂ ਉਹਨਾਂ ਦੇ ਸਿਧਾਂਤ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਹਿੰਦੂ ਧਰਮ ਲਈ ਹੈ, ਇਹ ਹਮੇਸ਼ਾ ਹੀ ਸ਼ਿਵ ਸੈਨਾ ਜਾਤ ਤੋਂ ਜਿਹੜੇ ਗਣੇਸ਼ ਜੀ ਨੇ ਉਹਨਾਂ ਨੇ ਸ਼ੁਰੂ ਹੀ ਸਾਥ ਦਿੱਤਾ ਵਾ ਸਾਡਾ, ਕਿਉਂਕਿ ਅਸੀਂ ਗਊ ਮਾਤਾ ਦੇ ਲਈ ਕੰਮ ਕਰਦੇ ਹਾਂ। ਮੇਰੇ ਗੁਰੂ ਸ਼ਿਵ ਸੈਨਾ ਆਜ਼ਾਦ ਦੇ ਸੰਸਥਾਪਕ ਸਵਰਗਵਾਸੀ ਸ਼੍ਰੀ ਰਮਨ ਪਹਿਲਵਾਨ ਜੀ ਦੀ ਚੌਥੀ ਬਰਸੀ 'ਤੇ ਸਾਰੇ ਹੀ ਮੇਰੇ ਸੰਗਠਨ ਪੁਰਾਣੇ ਨਵੇਂ ਸ਼ਿਵ ਸੈਨਿਕ ਸਾਡੇ ਕੋਲ ਇੱਥੇ ਪਹੁੰਚੇ। ਸ਼ਿਵ ਸੈਨਾ ਆਜ਼ਾਦ ਦਾ ਉਹਨਾਂ ਨੇ ਮਾਨ ਸਨਮਾਨ ਪ੍ਰਵਾਨ ਕੀਤਾ ਔਰ ਸਾਨੂੰ ਮਾਨ ਸਨਮਾਨ ਦਿੱਤਾ। ਮੈਂ ਉਹਨਾਂ ਸਭ ਦਾ ਆਇਆ ਧੰਨਵਾਦ ਕਰਦਾ ਹਾਂ। ਹਿੰਦੂ ਨੇਤਾ ਸਮਾਜ ਸੇਵਕ ਜੈਗੋਪਾਲ ਲਾਲੀ ਜੀ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਮੈਂ ਸ਼ਿਵ ਸੈਨਾ ਆਜ਼ਾਦ ਦਾ ਰਾਸ਼ਟਰੀ ਪ੍ਰਮੁੱਖ ਸੁਨੀਲ ਚੌਧਰੀ। ਅੱਜ ਸ਼ਿਵ ਸੈਨਾ ਆਜ਼ਾਦ ਨੇ ਆਦਰਣੀ ਸਵਰਗਵਾਸੀ ਸ਼੍ਰੀ ਰਮਨ ਪਹਿਲਵਾਨ ਜੀ, ਅੱਜ ਤੋਂ 18 ਸਾਲ ਪਹਿਲਾਂ ਜਿਨ੍ਹਾਂ ਨੇ ਸ਼ਿਵ ਸੈਨਾ ਆਜ਼ਾਦ ਦੀ ਸ਼ੁਰੂਆਤ ਕੀਤੀ ਸੀ, ਅਸੀਂ ਸਾਰੇ ਹੀ ਸ਼ਿਵ ਸੈਨਿਕ ਉਹਨਾਂ ਦੀ ਸੋਚ 'ਤੇ ਪੈਰਾ ਦੇ ਰਹੇ ਹਾਂ, ਸਮਾਜ ਔਰ ਸਨਾਤਨ ਧਰਮ ਦੀ ਸੇਵਾ ਕਰ ਰਹੇ ਹਾਂ। ਪਰ ਮੇਰੇ ਆਪਣੇ ਹੀ ਸਮਾਜ ਦੇ ਨਾਲ ਸ਼ਿਵ ਸੈਨਾ ਦਾ ਜਿਹੜਾ ਵੀ ਪਲੇਟਫਾਰਮ ਹੈ, ਮੈਨੂੰ ਉਸ ਦੇ ਨਾਲ ਰੋਸ ਸੀ। ਉਸ ਰੋਸ ਨੂੰ ਮੈਂ ਅੱਜ ਕਲੀਅਰ ਕੀਤਾ। ਸ਼ਿਵ ਸੈਨਾ ਆਜ਼ਾਦ ਸਦਾ ਹੀ ਉਹ ਉਪਰਾਲੇ ਕਰਦੀ ਹੈ ਜਿਹੜਾ ਕਿ ਸਮਾਜ ਛੱਡ ਚੁੱਕਾ ਹੁੰਦਾ ਹੈ। ਮੈਂ ਅੱਜ ਆਪਣੇ ਸਮਾਜ ਨੂੰ ਹੀ ਪੁੱਛਣਾ ਚਾਹੁੰਦਾ ਹਾਂ ਕਿ ਰਮਨ ਪਹਿਲਵਾਨ ਜੀ ਤੋਂ ਪਹਿਲਾਂ ਵੀ ਅਤੇ ਰਮਨ ਪਹਿਲਵਾਨ ਜੀ ਦੇ ਬਾਅਦ 'ਚ ਵੀ ਸਾਡੇ ਇੰਨੇ ਸ਼ਿਵ ਸੈਨਿਕ ਨੇਤਾ ਸ਼ਹੀਦ ਹੋਏ, ਮਾਰੇ ਗਏ, ਸਤਾਏ ਗਏ, ਅਸੀਂ ਅੱਜ ਤੱਕ ਉਹਨਾਂ ਨੂੰ ਕਿਉਂ ਸ਼ਰਧਾਂਜਲੀ ਨਹੀਂ ਦਿੱਤੀ? ਸਮਾਜ ਸਾਡਾ ਕਿਉਂ ਉਹਨਾਂ ਨੂੰ ਯਾਦ ਨਹੀਂ ਕਰਦਾ? ਸਮਾਜ ਸਾਡਾ ਕਿਉਂ ਉਹਨਾਂ ਦਾ ਮਾਨ ਸਨਮਾਨ ਨਹੀਂ ਕਰਦਾ? ਸਮਾਜ ਸਾਡਾ ਕਿਉਂ ਉਹਨਾਂ ਨੂੰ ਪਿੱਛੇ ਪਾਈ ਜਾਂਦਾ ਹੈ? ਮੈਨੂੰ ਹੈਪੀ ਜੀ ਨੇ, ਵਰੁਣ ਜੀ ਨੇ, ਹੋਰ ਵੀ ਮੇਰੇ ਕਾਰਿਆਕਰਤਾ ਨੇ ਦੱਸਿਆ, ਮੈਨੂੰ ਆਪਣਾ ਵਿਚਾਰ ਸਾਂਝਾ ਕੀਤਾ ਕਿ ਕਈਆਂ ਨੇ ਪੁੱਛਿਆ ਜਿਹੜੇ ਤੇ ਪੁਰਾਣੇ ਸ਼ਿਵ ਸੈਨਿਕ ਸੀ, ਜਿਨ੍ਹਾਂ ਦੀ ਬਦੌਲਤ ਰਮਨ ਪਹਿਲਵਾਨ ਜੀ ਖੜ੍ਹੇ ਹੋਏ, ਜਿਨ੍ਹਾਂ ਦੀ ਬਦੌਲਤ ਰਮਨ ਪਹਿਲਵਾਨ ਜੀ ਪਾਰਟੀ ਦੀ ਸੇਵਾ ਵਾਸਤੇ, ਸਮਾਜ ਦੀ ਸੇਵਾ ਵਾਸਤੇ ਮੈਦਾਨ 'ਚ ਉਤਰੇ। ਉਹਨਾਂ ਤੇ ਉਹਨੂੰ ਤਾਂ ਪਤਾ ਸੀ ਕਿ ਸ਼ਿਵ ਸੈਨਾ ਆਜ਼ਾਦ ਕਿੰਨੇ ਸਮੇਂ ਤੋਂ ਕੰਮ ਕਰ ਰਹੀ ਹੈ। ਉਹਨਾਂ ਨੂੰ ਤਾਂ ਪਤਾ ਸੀ ਕਿ ਸੁਰਿੰਦਰ ਬਿੱਲਾ ਕੌਣ ਹੈ, ਸੁਰਿੰਦਰ ਡੋਗਰਾ ਕੌਣ ਹੈ, ਸੁਰਿੰਦਰ ਕੀ ਨਾ ਆਪਣਾ ਹੋਰ ਬਿੱਲਾ ਜੀ ਕਹਿੰਦੇ, ਮਤਲਬ ਕਿ ਟਾਂਗਰੀ ਸਾਹਿਬ ਕੌਣ ਨੇ, ਬਾਲਾ ਸਾਹਿਬ ਠਾਕਰੇ ਕੌਣ ਨੇ। ਅੱਜ ਜਿੰਨੀਆਂ ਵੀ ਨਵੀਆਂ ਸ਼ਿਵ ਸੈਨਾ ਮੈਂ ਉਹ ਪੁੱਛਦੇ ਨੇ ਕਿ ਕੌਣ ਨੇ, ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ ਵਾਂ ਛੋਟੇ ਜਿਹੇ ਲਫ਼ਜ਼ਾਂ ਵਿੱਚ। ਮਤ ਪੁੱਛ ਜੇ ਕੌਣ ਹੈ, ਮਤ ਪੁੱਛ ਜੇ ਕੌਣ ਹੈ, ਇੰਨੀ ਕੀ ਵਜੂਦ ਸੇ ਹਮ ਯਹਾਂ ਖੜੇ ਹੈ। ਇਹ ਮੇਰਾ ਜਵਾਬ ਹੈ ਉਹਨਾਂ ਨੂੰ। ਅੱਜ ਇਹ ਸਾਨੂੰ ਪਲੇਟਫਾਰਮ ਸ਼ਿਵ ਸੈਨਾ ਯਾਦ ਨੂੰ ਮਿਲਿਆ ਨਾ, ਅਤੇ ਮੇਰੇ ਪੁਰਾਣੇ ਕਈ ਸਰੋਤੇ ਇੱਥੇ ਮੇਰੇ ਕੋਲ ਵਿਰਾਜਮਾਨ ਨੇ, ਜਿਨ੍ਹਾਂ ਦੀ ਬਦੌਲਤ
अज शिवसेना चल रही है, जिन्हों की बदौलत अज शिवसेना वर्क कर रही है। जय गोपाल लाली जी ने अमृत